ਸਰ ਭੈਣ ਜੀ ਨਾਲ ਗੱਲ ਕੀਤੀ, ਕੀ ਪਰ ਕਹਿੰਦੇ ਆਪਣੇ ਨੇ ਘਾਟਾ ਵਾਲਿਆਂ ਨਾਲ ਵੀ ਗੱਲ ਕੀਤੀ। ਜੀ ਹਾਂਜੀ, ਸਾਡੇ 10-10 ਸਾਲ ਹੋ ਗਏ ਨਾ ਦੀਆਂ ਵੋਟੀਆਂ ਆਈ ਦੀਆਂ ਨੂੰ, ਜੀ ਉਹ ਨਵੇਂ ਘਾਟਾਂ ਦੇ ਵਿੱਚ ਹਜੇ ਤੱਕ ਨਹੀਂ ਸ਼ਾਮਲ ਹੋਈਆਂ। ਪੜ੍ਹਨ ਲਈ ਬੱਚੇ ਜਾਂਦੇ ਆ ਕਾਲਜਾਂ 'ਚ, ਮਾਂ ਪਿਓ ਦੇ ਦਿਹਾੜੀਆਂ ਲਾਉਂਦੇ ਆ, ਜੀ ਅਤੇ ਸਰਕਾਰ ਵੱਲੋਂ ਕੋਈ ਬੈਨੀਫਿਟ ਨਹੀਂ ਇਹਦਾ ਮਿਲਦਾ। ਪਿਛਲੇ ਸਰਪੰਚ ਸੀ ਜਦੋਂ, ਉਦੋਂ ਉਹ ਸਾਹਮਣੇ ਕਮਰਾ ਤਿਆਰ ਹੋਇਆ ਸੀ ਜਿੰਮ ਵਾਲਾ, ਪਿਛਲੇ ਸਾਲ ਦੀ ਹਜੇ ਤੱਕ ਇਹ ਜਿੰਮ ਨਹੀਂ ਲੱਗੀ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਰਮਨਦੀਪ, TRL ਨਿਊਜ਼ ਦੇ ਖਾਸ ਪ੍ਰੋਗਰਾਮ ਦੋਰਾ ਗਾਉਂ ਦੇ ਤਹਿਤ ਪਹੁੰਚ ਚੁੱਕਿਆ ਹਾਂ ਪਿੰਡ ਤਲਵਾੜਾ ਜੱਟਾਂ ਦੇ ਵਿੱਚ। ਆਓ ਜਾਣਦੇ ਹਾਂ ਕੀ ਕੁਝ ਇਸ ਪਿੰਡ ਦੇ ਵਿੱਚ ਖਾਸ ਅਤੇ ਕੀ ਨਾਲ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ। ਤੁਹਾਡੇ ਪਿੰਡ ਦੇ ਵਿੱਚ ਕੀ ਕੁਝ ਖਾਸ ਅਤੇ ਕੀ ਨਾਲ ਤੁਹਾਡੀਆਂ ਸਮੱਸਿਆਵਾਂ ਪਿੰਡ ਦੇ ਵਿੱਚ? ਸਮੱਸਿਆ ਸਾਡੀਆਂ ਲੇਬਰ ਕਾਰਡ ਵੀ ਨਹੀਂ ਬਣੇ ਸਾਡੇ, ਉੱਧਰੋਂ ਫਿਰ ਚੱਕੀ ਦਾ ਰਾਸ਼ਨ ਕਾਰਡ ਨਹੀਂ ਬਣੇ ਦੇ। ਤੇ ਇਹਦੇ ਬਾਰੇ ਤੁਸੀਂ ਸਰਪੰਚ ਨਾਲ ਗੱਲ ਕੀਤੀ ਪਿੰਡ ਦੇ? ਹਾਂ, ਸਰਪੰਚ ਨਾਲ ਗੱਲ ਕੀਤੀ, ਰਾਸ਼ਨ ਕਾਰਡ ਵਾਲਿਆਂ ਨਾਲ ਵੀ ਗੱਲ ਕੀਤੀ। ਹਾਂਜੀ, ਸਾਡੇ 10-10 ਸਾਲ ਹੋ ਗਏ ਨਾ ਦੀਆਂ ਵੋਟੀਆਂ ਆਈ ਦੀਆਂ ਨੂੰ, ਉਹ ਨਵੇਂ ਕਾਰਟਾਂ ਦੇ ਵਿੱਚ ਹਜੇ ਤੱਕ ਨਹੀਂ ਸ਼ਾਮਲ ਹੋਈਆਂ। ਜਿਹੜੀ ਚੱਕੀ ਦਾ ਮੈਟਰ ਆਇਆ ਤੁਹਾਡਾ, ਮੈਂ ਵੇਖ ਰਿਹਾ ਵੀ ਜਿਹੜੀ ਚੱਕੀ ਹੈ ਹੌਲੀ ਹੌਲੀ ਪਿੰਡ ਦੇ ਜਿਹੜੀ ਜ਼ਮੀਨ ਆ ਉਹਨੂੰ ਖਾਂਦੀ ਜਾ ਰਹੀ ਆ, ਹੈ ਨਾ, ਚੱਕੀ ਦਾ ਜਿਹੜਾ ਲੈਵਲ ਵੱਡਾ ਹੁੰਦਾ ਜਾ ਰਿਹਾ। ਇਹਦੇ ਬਾਰੇ ਤੁਸੀਂ ਸਰਕਾਰ ਨਾਲ ਜਾਂ ਸਰਪੰਚ ਨਾਲ ਕਿਸੇ ਹੋਰ ਨਾਲ ਗੱਲਬਾਤ ਕੀਤੀ? ਆਹੋ, ਇਹਦੇ ਬਾਰੇ ਤਾਂ ਉੱਦਾਂ ਕੀਤੀਆਂ ਨਾ, ਥੋੜ੍ਹਾ ਜਿਹਾ ਪਿੱਛੇ ਬਣੇ ਦਾ ਵੀ ਹੈ, ਤਾਂ ਬਾਕੀ ਇਹੀ ਹੈ ਵੀ ਜੇ ਤਾਂ ਜ਼ਿਆਦਾ ਰੁੜ ਗਈ ਤਾਂ ਫਿਰ ਸਾਡੇ ਰਹਿਣ ਦਾ ਵੀ ਮੁਸ਼ਕਲ ਹੀ ਹੈ, ਹੈ ਨਾ। ਹਾਂ, ਇਹਦੇ ਬਾਰੇ ਹੀ ਹੈ, ਨਾ ਤਾਂ ਇੱਥੇ ਪਲਾਟ ਪਲਾਟ ਦਾ ਕੋਈ ਬਾਹਰ ਵਾਇਆ। ਅਤੇ ਜਿਹੜੀਆਂ ਪਿੰਡ ਦੀਆਂ ਗਲੀਆਂ ਨਾਲੀਆਂ ਨੇ ਅਤੇ ਉਹ ਕਿਸ ਤਰ੍ਹਾਂ ਦੀਆਂ ਪਿੰਡ ਦੇ ਵਿੱਚ? ਇਹ ਤੁਹਾਡੇ ਸਾਹਮਣੇ ਹੀ ਹੈ ਜਿੱਦਾਂ ਦੀਆਂ, ਨਾ ਨਾ ਤੁਹਾਡੇ ਸਾਹਮਣੇ ਜਿਹੜੀ ਸਰਪੰਚ ਦੀ ਕਾਰਗੁਜ਼ਾਰੀ ਹੈ ਵਧੀਆ ਰਹੀ ਹੈ ਗਲੀਆਂ ਨਾਲੀਆਂ ਦੇ ਮਾਮਲੇ? ਕੀ ਹੈ ਸਮਝੋ, ਛੋਟਾ ਜਿਹਾ ਪਿੰਡ ਹੈ ਤਾਂ ਠੀਕ ਹੀ ਹੈ ਜਿੰਨਾ ਕੁ ਹੈਗਾ ਹਿਸਾਬ ਕਿਤਾਬ। ਹਾਂਜੀ, ਬੱਚੇ ਸਾਡੇ ਵੀ ਵਿਹਲੇ, ਨਾ ਫੀਸਾਂ ਮਿਲਦੀ ਉਹਨਾਂ ਨੂੰ, ਕੋਈ ਸਹੂਲਤ ਨਹੀਂ, ਕੋਈ ਕੁਛ ਨਹੀਂ, ਅਤੇ ਫਿਰ ਅਸੀਂ ਕੀ ਕਰੀਏ? ਕੋਈ ਤੁਸੀਂ ਇਹਦੇ ਬਾਰੇ ਸਰਕਾਰ ਕੋਲੋਂ ਜਾਂ ਆਪਣੇ ਸਰਪੰਚ ਦੇ ਕੋਲੋਂ ਅਸੀਂ ਰਿਕੁਐਸਟ ਕੀਤੀ ਲੇਬਰ ਕਾਰਡ, ਕਿਉਂਕਿ ਮੈਂ ਵੇਖਿਆ ਕਿ ਪਿੰਡਾਂ ਦੇ ਵਿੱਚ ਸਰਪੰਚ ਨਾਲ ਹੋ ਕੇ ਆਪਣੇ ਪਿੰਡ ਦੇ ਲੋਕਾਂ ਦੇ ਲੇਬਰ ਕਾਰਡ ਬਣਾ ਰਹੇ ਨੇ, ਅਤੇ ਤੁਹਾਡੇ ਸਰਪੰਚ ਤੁਹਾਡੀ ਹੈਲਪ ਕਰ ਰਹੇ ਨੇ? ਸਾਡੇ ਨਹੀਂ ਅਜੇ ਤੱਕ ਬਣਾਇਆ ਲੇਬਰ ਕਾਰਡ, ਸਾਡੇ ਨਹੀਂ ਬਣੇ, ਤਾਂ ਅਸੀਂ ਸਰਪੰਚ ਨੂੰ ਬੋਲਿਆ 2-3 ਵਾਰੀ, ਇੱਦਾਂ ਹੀ ਕਹਿੰਦਾ ਬਣਾਉਂਦੇ ਆ ਬਣਾਉਂਦੇ ਆ। ਦਿਹਾੜੀ ਨਹੀਂ ਲਾ ਸਕਦੀਆਂ, ਇਹੀ ਹੈ ਵੀ ਤੁਸੀਂ ਕੰਮ ਨਹੀਂ ਕਰ ਸਕਦੇ ਇਹਦੇ ਵਿੱਚ ਲੇਬਰ ਕਾਰਡਾਂ ਨਾਲ। ਕਿਉਂ, ਇਹ ਕਿਉਂ ਕਹਿੰਦੇ ਇਸ ਤਰ੍ਹਾਂ? ਕੀ ਪਤਾ ਹੁਣ ਕਿਉਂ ਕਹਿੰਦੇ ਨੇ, ਇਹ ਤਾਂ ਉਹਨਾਂ ਨੂੰ ਪਤਾ ਹੋਏਗਾ, ਤੁਹਾਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਇਹਦੇ ਬਾਰੇ? ਸਾਨੂੰ ਦਿੰਦੇ ਪੂਰੀ ਜਾਣਕਾਰੀ। ਰਾਸ਼ਨ ਕਾਰਡ ਦੀ ਜਿਹੜੀ ਪ੍ਰੋਬਲਮ ਆ ਰਹੀ ਆ ਪੂਰੇ ਪਿੰਡ ਦੇ ਵਿੱਚ ਹੀ ਆ? ਹਾਂਜੀ, ਉਹ ਵੀ ਨਹੀਂ ਅਜੇ ਤੱਕ ਇੱਕੋ ਵਾਰੀ ਮਿਲਿਆ, ਉਹ ਦੁਬਾਰਾ ਮਿਲਿਆ ਨਹੀਂ। ਜਿਹੜੇ ਸਾਡੇ ਹਲਕੇ ਦੇ MLA ਸਾਹਿਬ ਨੇ, ਉਹਨਾਂ ਦੇ ਕੰਮ ਬਾਰੇ ਤੁਸੀਂ ਕੀ ਕਹਿਣਾ, ਜੋ ਕਿੱਦਾਂ ਦਾ ਕੰਮ ਕਰ ਰਹੇ ਹੋ? ਕੰਮ ਇੱਦਾਂ ਹੀ ਹੈ ਨਾ, ਰਾਸ਼ਨ ਕਾਰਡ, ਕੋਈ ਬੱਚੇ ਸਾਡੇ ਕਈ ਵਾਰ ਗਏ ਨਾ ਉਹਦੇ ਕੋਲ, ਉਹ ਸੁਣਦੇ ਨਹੀਂ ਸਾਡੀ, ਪ੍ਰਾਈਵੇਟ ਪੈਪਸੀਆਂ ਫੈਕਟਰੀਆਂ ਖੋਲ੍ਹੀਆਂ, ਉਹ ਦੂਰ ਦੂਰ ਉੱਥੇ ਸਾਡੇ ਬੱਚੇ ਜਾ ਨਹੀਂ ਸਕਦੇ, ਅਤੇ ਕੰਮ ਕਿੱਦਾਂ ਕਰਨ? ਰੁਜ਼ਗਾਰ ਬਾਰੇ ਬੜਾ ਕਹਿੰਦੇ ਨੇ ਸਾਡੇ ਸਰਕਾਰ, ਪੰਜਾਬ ਸਰਕਾਰ, ਕੈਪਟਨ ਦੀ ਸਰਕਾਰ, ਕਾਂਗਰਸ ਸਰਕਾਰ, ਕਿ ਅਸੀਂ ਪਿੰਡ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ, ਅਤੇ ਤੁਹਾਡੇ ਪਿੰਡ ਦੇ ਨੌਜਵਾਨਾਂ ਨੂੰ ਕਿੰਨਾ ਕੁ ਰੁਜ਼ਗਾਰ ਮਿਲਿਆ? ਸਾਡੇ ਪਿੰਡ ਕਿਸੇ ਨੂੰ ਦਿੱਤਾ? ਆਉਂਦੇ ਆ ਪੇਪਰ ਜਦੋਂ ਤੇਰੇ ਵੋਟਾਂ ਲੈਣ ਆਉਂਦੇ ਆ ਅਤੇ ਬੋਲਦੇ ਆ ਤੁਹਾਡੇ ਬੱਚੇ ਘਰ ਪ੍ਰਤੀ ਨੌਕਰੀ ਦੇਵਾਂਗੇ, ਅਜੇ ਤੱਕ ਤਾਂ ਕੋਈ ਸਹੂਲਤ ਨਹੀਂ ਹੋਈ ਅਤੇ ਨਾ ਹੀ ਕੁਛ। ਹਾਂਜੀ ਸਰ, ਤੁਹਾਡਾ ਨਾਮ ਕੀ? ਮੇਰਾ ਨਾਮ ਰਜਤ ਕੁਮਾਰ। ਰਜਤ ਕੁਮਾਰ ਜੀ, ਤੁਸੀਂ ਦੱਸੋ ਪਿੰਡ ਦੇ ਵਿੱਚ ਤੁਹਾਨੂੰ ਕੀ ਕੀ ਵਧੀਆ ਆਇਆ ਤੁਹਾਡੇ ਪਿੰਡ ਦੇ ਵਿੱਚ ਅਤੇ ਕੀ ਪਰੇਸ਼ਾਨੀਆਂ ਦਾ ਸਾਹਮਣਾ ਤੁਹਾਨੂੰ ਕਰ ਰਿਹਾ? ਆਲਮੋਸਟ ਸਾਰਾ ਕੁਝ ਤਾਂ ਵਧੀਆ, ਬਸ ਇੱਕ ਚੱਕੀ ਲੱਗੇ ਆ ਗਈ ਹੈ, ਚੱਕੀ ਦੇ ਨਾਲ ਵਜ੍ਹਾ ਨਾਲ ਸਾਰੀਆਂ ਪ੍ਰੋਬਲਮਾਂ ਪੈਦਾ ਹੁੰਦੀਆਂ, ਅਤੇ ਉੱਤੋਂ ਬੇਰੁਜ਼ਗਾਰੀ ਵੀ ਬਹੁਤ ਹੈ ਛੋਟੀ, ਹੈ ਨਾ, ਪੜ੍ਹਨ ਲਈ ਬੱਚੇ ਜਾਂਦੇ ਆ ਕਾਲਜਾਂ 'ਚ, ਮਾਂ ਪਿਓ ਦੇ ਦਿਹਾੜੀਆਂ ਲਾਉਂਦੇ ਆ, ਅਤੇ ਸਰਕਾਰ ਵੱਲੋਂ ਕੋਈ ਬੈਨੀਫਿਟ ਨਹੀਂ ਇਹਦਾ ਮਿਲਦਾ। ਹਾਂਜੀ, ਅਤੇ ਸਰ ਤੁਸੀਂ ਦੇਖਿਆ ਹੋ ਕਿ ਪਿਛਲੇ ਦਿਨੀ ਆਪਣੇ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਕਿਸਾਨ ਆਰਡੀਨੈਂਸ ਬਿੱਲ, ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ ਅਤੇ ਕੀ ਕਹਿਣਾ ਚਾਹੋਗੇ? ਨਹੀਂ ਹੈ ਤਾਂ ਗਲਤ ਹੈ ਵੈਸੇ ਜੋ ਵੀ ਕੀਤਾ ਇਹਨਾਂ ਨੇ, ਕਿਉਂਕਿ ਮਾੜੇ ਕਿਸਾਨਾਂ ਨੂੰ ਦੱਬੀ ਜਾਂਦੇ ਆ, ਕਿ ਵੱਡੇ ਕਿਸਾਨਾਂ ਨੂੰ ਕੋਈ ਫਰਕ ਨਹੀਂ ਪੈਣਾ, ਜਿਹੜੇ ਛੋਟੇ ਮੋਟੇ ਕਿਸਾਨ ਉਹਨਾਂ ਨੂੰ ਦੱਬੀ ਜਾਂਦੇ ਆ। ਹਾਂਜੀ ਸਰ, ਤੁਸੀਂ ਜਾਣਿਆ ਹੋ ਕਿ ਪਿਛਲੇ ਦਿਨਾਂ ਤੋਂ ਇੱਕ ਬਿੱਲ ਪਾਸ ਹੋਇਆ ਵਾ ਪਾਰਲੀਮੈਂਟ ਦੇ ਵਿੱਚ ਕਿਸਾਨ ਆਰਡੀਨੈਂਸ ਬਿੱਲ, ਅਤੇ ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ? ਇਹਦੇ ਬਾਰੇ ਕੀ, ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਉਂਕਿ ਜਿਹੜਾ ਬਿੱਲ ਪਾਸ ਕੀਤਾ ਇਹ ਸਾਰਿਆਂ ਨੂੰ ਇਹਦੇ 'ਤੇ ਇਹਦਾ ਪ੍ਰਭਾਵ ਪੈਣਾ, ਹੈ ਨਾ, ਕਿ ਛੋਟਿਆਂ ਨੂੰ ਵੀ ਪੈਣਾ, ਵੱਡਿਆਂ ਨੂੰ ਵੀ ਪੈਣਾ, ਅਤੇ ਆਪਾਂ ਉਹਨਾਂ ਦਾ ਡੱਟ ਕੇ ਵਿਰੋਧ ਕਰਦੇ ਹਾਂ, ਅਤੇ ਇਸ ਕਰਕੇ ਮੋਦੀ ਸਰਕਾਰ ਨੂੰ ਇਹੀ ਰਿਕੁਐਸਟ ਹੈ ਕਿ ਇਹਨਾਂ ਦੇ ਬਿੱਲ ਵਾਪਸ ਲਿੱਤੇ ਜਾਣ। ਜਿਹੜੀ ਮੋਦੀ ਸਰਕਾਰ ਦੀ ਜਿਹੜੀ ਪਰਫੋਰਮੈਂਸ ਹੈ, ਕਾਰਗੁਜ਼ਾਰੀ ਹੈ, ਅਤੇ ਤੁਹਾਡੇ ਹਿਸਾਬ ਨਾਲ ਕਿੱਥੋਂ ਤੱਕ ਠੀਕ ਹੈ ਜਾਂ ਕੀ ਉਹਨਾਂ ਨੂੰ ਹੋਰ ਕਰਨਾ ਚਾਹੀਦਾ? ਹੁਣ ਤੱਕ ਤਾਂ ਵੈਸੇ ਵੀ GDP ਬੜੀ ਲੋਸ ਹੋ ਗਈ ਹੈ ਸਾਡੇ ਇੰਡੀਆ ਦੀ, ਜੋ ਮੋਦੀ ਸਰਕਾਰ ਦੀ ਆਉਣ ਦੇ ਬਾਵਜੂਦ ਹੀ, ਪਹਿਲਾਂ ਤਾਂ ਚਲੋ ਫਿਰ ਵੀ ਠੀਕ ਸੀ, ਅਤੇ ਇਹੀ ਆ ਕਿ ਸਰਕਾਰਾਂ ਆਪਣਾ ਦੇਖਦੀ ਹੈ ਬਸ, ਆਉਣ ਵਾਲੇ ਬੱਚਿਆਂ ਦਾ ਭਵਿੱਖ ਨਹੀਂ ਦੇਖਦੀਆਂ, ਅਤੇ ਇਸ ਕਰਕੇ
मैं तो यही मेरी उम्मीद है कि कांग्रेस ते बीजेपी हर बार रही है बंदी सरकार रही हैं। मैं कहना कोई अगली कोई सरकार नूं अपॉर्चुनिटी दिती जाए जिदा कि आम आदमी पार्टी ते बस। माता जी सानू दसो साढ़े दर्शकों कि जिहड़ी बिजली पानी है तुहाडे पिंड दे विच किवें दा मिल रहा तुहानू? काम ओ की पे पिंड विच ना तो लगदी है मोटर ना नलके लगते हैं कि जिहड़ा अं फ्री का पानी पी सकी है तो जे सानू दूसरा पानी आता है ओहदा बिल बड़ा है ठीक है नी वह अं चुका नहीं सकते इन्ना बिल चुका नहीं सकते दिहाड़ीदार बंदा कितों चुका सकता इन्ना बिल तो इस कारण वो भी है समस्या सानू ठीक है नी। हाँ बिजली का बिल भी थोड़ा होना चाहिए बड़ा आता है हाँ कदी कदी तो ओदा भी समस्या है थोड़ी बहुती जी मेन सड़क है साड़ी वह टुट चुकी है तो आन जान की सू बड़ी मुश्किल हो जाती जदों भी बरसात होंगी सियाल दारसा होंगे तो मुश्किल हो जाती है उदों वह पक्की होनी चाहिए फुहारे लगाए जान सफेदे लगाए जाने आले दुआले ताकि लोगों नूं पोल्यूशन दा सामना करना पे तुहाडे इत्थे सारे प्रॉपर बनिया पिया? हां जी ओह कीते दा उहनां ने फुहारे फुहरे लगे दे ने सफेदे भी दरख्त भी वाह वाह लगे दे ने ते घट ही इधर नूं प्रदूषण आंदा है हाँ जी सड़क का है बहुत हाँ जी ठीक है जी। माता जी तुसीं वेख्या जिवें कि हुण आपां पिछे जी करोना वायरस जिहड़ा बहुत ही हजे तक भी फैल रहा है पूरे देश दे विच ते 6-7 महीने जिहड़ा लॉकडाउन रहा पूरी तरह बंद रहा ते तुसीं इह समां किवें गुजारिया की परेशानियां तुहानूं सामना करना पिया? हर किस परेशानी रही बड़ी मुश्किल नाल परेशानी कट्टी आई कि जिहड़े कमाणे उह घर वेहले बैठे दे इह बीमारी एड्डी वड्डी लगी दी ही बड़ा मुश्किल टाइम कढ़िया आई कितने राशन पानी का कितने हूँ जिन्हें दिन पुत भी चल गई कितने हूँ कमाला इन्हें कोई भी नहीं है कितने आई करके तो कहते टाइम कढ़ा नहीं आई थोड़ा जान दी कि बड़ा औखा टाइम कढ़ा नहीं कितने ਤੁਹਾਡੇ ਇੱਥੇ ਕੋਈ ਮਦਦ ਨਹੀਂ ਕਰ ਰਿਹਾ ਪਿੰਡ ਦੇ ਵਿੱਚ ਜਾਂ ਸਰਪੰਚ ਸਾਹਿਬ ਜਿਵੇਂ ਕੋਈ ਹੋਰ ਕੋਈ ਸੰਸਥਾ ਤੁਹਾਡੀ ਮਦਦ ਕਰ ਰਹੀ ਹੈ? ਨਹੀਂ ਕਿੱਥੇ ਮਾਤੇ ਬੜੀ ਮਾਤ ਬੜੀ ਕੀਤੀ ਉਹਨਾਂ ਨੇ ਫਿਰ ਵੀ ਆਪਣੇ ਆਪਣੇ ਬੜੀ ਮਾਤ ਕੀਤੀ ਉਹਨਾਂ ਨੇ ਸਾਡੀ ਬਥੇਰੀ ਵਾਹ ਲਾਈ ਗਈ ਸੀ ਸਰਪੰਚ ਨੇ ਵੀ ਕਿੰਨੀ ਕੀ ਕਰਨੀ ਹੈ ਬੜੀ ਕੀਤੀ ਸਰਪੰਚ ਨੇ ਛੋਟੇ ਛੋਟੇ ਬੱਚੇ ਆ ਜਿਹੜੇ ਕਮਾਲੇ ਚਲ ਗਏ ਨਾ ਦੋ ਪੁੱਤਰ ਚਲ ਗਏ ਘਰ ਵਾਲਾ ਵੀ ਚਲ ਗਿਆ ਇੰਨੇ ਦਿਨ ਸੱਸ ਨੂੰ ਹੋਈ ਹੈ ਕਿਤੇ ਕੋਈ ਨਹੀਂ ਮਾਤਾ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਤਰੀਕੇ ਦੀ ਹੈਲਪ ਹੋ ਸਕੇ ਆਪਾਂ ਸਾਡੇ ਦਰਸ਼ਕ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਤੁਹਾਡੀ ਹੈਲਪ ਕਰਨਾ ਚਾਹੇਗਾ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਹੈਲਪ ਕਰਨ ਦੀ ਜੀ। ਬਿੱਲ ਬੜਾ ਆਉਂਦਾ ਕਿ ਨਹੀਂ ਦੇਣਾ ਕਿਤੇ ਬਿਜਲੀ ਦਾ ਬਿੱਲ ਬੜਾ ਆਉਂਦਾ ਕਿ 2-3 ਹਜ਼ਾਰ ਰੁਪਈਆ ਆਉਂਦਾ ਮਹੀਨੇ ਦਾ ਜਿਹਨੇ ਕਮਾਉਣਾ ਉਹ ਨਹੀਂ ਰਿਹਾ ਤਾਂ ਬਿੱਲ ਕਿਹਨੇ ਦੇਣੇ ਸਾਡੇ ਕਿਤੇ ਪਾਣੀ ਦਾ ਵੀ ਆ ਜਾਂਦਾ ਬਿਜਲੀ ਦਾ ਵੀ ਢੇਰਾ ਆ ਜਾਂਦਾ ਅਤੇ ਸਾਡੀ ਇਹ ਮਿਹਰਬਾਨੀ ਵੀ ਬਿਜਲੀ ਦਾ ਬਿੱਲ ਮਾਫ਼ ਹੋਣਾ ਚਾਹੀਦਾ ਮੈਨੂੰ ਕਿਤੇ। ਸਾਨੂੰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਹਾਨੂੰ ਕਿਹੜੀ ਕਿਹੜੀਆਂ ਫੈਸਿਲਿਟੀਆਂ ਜਿਹੜੀਆਂ ਤੁਹਾਡੇ ਪਿੰਡ ਦੇ ਵਿੱਚ ਨਹੀਂ ਹਨ ਅਤੇ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਇਹ ਫੈਸਿਲਿਟੀਆਂ ਤੁਹਾਨੂੰ ਦੇਵੇ? ਹਾਂ ਜੀ ਇਹ ਸਾਡੇ ਹੋਣੀ ਚਾਹੀਦੀ ਹੈ ਡਿਸਪੈਂਸਰੀ ਨਹੀਂ ਅਤੇ ਜਾਣ ਆਉਣ ਦੀ ਤੰਗੀ ਬੜੀ ਅਤੇ ਅਸੀਂ ਕਿੱਥੇ ਜਾਈਏ ਦਿਖਾਉਣ ਅਤੇ ਇਹ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਸਾਡੀ ਅਤੇ ਗਰਾਊਂਡ ਵੀ ਹੋਣੀ ਚਾਹੀਦੀ ਬੱਚਿਆਂ ਦੀ ਖੇਡਣ ਵਾਸਤੇ ਉਹ ਵੀ ਹੈ ਨਹੀਂ ਅਤੇ ਉਹ ਵੀ ਬੱਚੇ ਥਾਂ ਥਾਂ ਧੱਕੇ ਖਾਂਦੇ ਆ ਅਤੇ ਨਾ ਹੀ ਕੋਈ ਇੱਥੇ ਸਾਧ ਹਿਸਾਬ ਕਿਤਾਬ ਹੈ ਕੋਈ ਨਹੀਂ ਇੱਥੇ ਸੁਣਦਾ ਸਾਡੀ। ਪਿੰਡ ਦੇ ਕੁਝ ਨੌਜਵਾਨ ਅਤੇ ਬੱਚੇ ਸਾਡੇ ਨਾਲ ਜੁੜ ਚੁੱਕੇ ਨੇ ਆਓ ਜਾਣਦੇ ਹਾਂ ਇਹਨਾਂ ਕੋਲੋਂ ਪਿੰਡ ਦੀਆਂ ਕੁਝ ਸਮੱਸਿਆਵਾਂ ਬਾਰੇ। ਜੀ ਜੀ ਹਾਂਜੀ ਕਾਕਾ ਜੀ ਤੁਸੀਂ ਦੱਸੋ ਕੀ ਕੀ ਪ੍ਰੋਬਲਮ ਤੁਹਾਨੂੰ ਇਸ ਪਿੰਡ ਦੇ ਵਿੱਚ ਆ ਰਹੀ ਹੈ ਕੀ ਸਮੱਸਿਆਵਾਂ? ਸਾਨੂੰ ਇਹ ਹੈ ਕਿ ਪਿਛਲਾ ਸਰਪੰਚ ਸੀ ਜਦੋਂ ਉਦੋਂ ਸਾਹਮਣੇ ਕਮਰਾ ਤਿਆਰ ਹੋਇਆ ਸੀ ਜਿੰਮ ਵਾਲਾ ਪਿਛਲੇ ਸਾਲ ਦੀ ਹਜੇ ਤੱਕ ਇਹ ਜਿੰਮ ਨਹੀਂ ਲੱਗੀ ਜਿੰਮ ਉੱਦਾਂ ਦੀ ਉੱਦਾਂ ਪੈ ਰਹੀ ਹੈ ਕਹਿੰਦੇ ਕਰਾਉਂਦੇ ਹਾਂ ਹਜੇ ਤੱਕ ਨਹੀਂ ਕਰਾਈ। ਜੀ ਜਿਹੜੀ ਪਿੰਡ ਦੀ ਗਰਾਊਂਡ ਦੀ ਇੱਕ ਸਮੱਸਿਆ ਆ ਰਹੀ ਹੈ ਅਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਖੇਡਣ ਖੁੱਡਣ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਨਾ? ਬਥੇਰੀ ਪ੍ਰੋਬਲਮ ਆਉਂਦੀ ਹੈ ਅਸੀਂ ਕਦੀ ਪੈਲੇ 'ਚ ਜਾਂਦੇ ਹਾਂ ਪੈਲੇ 'ਚ ਬਾਅਦ ਦਿੱਤੀਆਂ ਹੁਣ ਅਤੇ ਹੁਣ ਅਸੀਂ ਕਿੱਥੇ ਖੇਡਣ ਜਾਈਏ ਸਰਪੰਚ ਨੂੰ ਚਾਹੀਦਾ ਕਿ ਸਾਡੇ ਲਈ ਜੇ ਉਹ ਗਰਾਊਂਡ ਬਣਾਈ ਜਾਏ। ਜਿੱਥੇ ਲੋਕਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਉੱਥੇ ਹੀ ਪਿੰਡ ਦੀ ਥੋੜ੍ਹੀ ਜਿਹੀ ਗਲੀਆਂ ਨਾਲੀਆਂ ਦੀ ਹਾਲਾਤ ਤਾਂ ਬਹੁਤ ਹੀ ਵਧੀਆ ਨੇ। ਸੀਵਰੇਜ ਦੀ ਇੱਕ ਬਹੁਤ ਹੀ ਵਧੀਆ ਇੱਥੇ ਲਾਈਨ ਪਈ ਹੋਈ ਹੈ ਜਿਹਦੇ ਕਰਕੇ ਲੋਕ ਥੋੜ੍ਹੇ ਜਿਹੇ ਸੁਖੀ ਨੇ, ਪਰ ਇਹਨਾਂ ਕੋਲ ਪੀਣ ਦੇ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਬਿਜਲੀ ਦੇ ਬਿੱਲਾਂ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹਨਾਂ ਦੀ ਹੈਗੀ ਆ ਕਿ ਚੱਕੀ ਆ ਨੇੜੇ, ਚੱਕੀ ਦਰਿਆ ਜਿਹੜਾ ਹੌਲੀ ਹੌਲੀ ਡੂੰਘਾ ਹੁੰਦਾ ਜਾ ਰਿਹਾ ਜਿਹਦੇ ਕਰਕੇ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਨਾਲ ਦੀ ਨਾਲ ਪਾਣੀ ਦੇ ਵਿੱਚ ਰੁੜਦੀ ਜਾ ਰਹੀ ਹੈ ਅਤੇ ਸਰਕਾਰਾਂ ਇਹਦੇ ਵੱਲ ਧਿਆਨ ਨਹੀਂ ਦੇ ਰਹੀਆਂ। ਮੈਂ ਚਾਹੁੰਦਾ ਕਿ ਸਰਕਾਰਾਂ ਇਸ ਗੱਲ 'ਤੇ ਖਾਸ ਧਿਆਨ ਦੇਣ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਲਵਾੜਾ ਜੱਟਾਂ ਦਾ ਪਿੰਡ ਹੈ ਇਹ ਖਤਮ ਹੋ ਜਾਏਗਾ ਅਤੇ ਇਹ ਵੀ ਇੱਕ ਚੱਕੀ ਦਰਿਆ ਬਣ ਜਾਏਗਾ।
पिंड की एक बहुत बड़ी समस्या वा जी मेन सड़क है वो सड़क के उत्ते क्रैशर दी गड्डियां निकलदियां हन ते जिहदे कारण उस सड़क का बहुत बुरा हाल हो चुका है। बरसातां दे वेले पिंड दे लोगों नूं उस सड़क तो निकलना बहुत औखा हुंदा है, लोगों नूं बहुत सारिया प्रॉब्लमों का सामना करना पैंदा। उत्थे पिंड दे विच कोई डिस्पेंसरी नहीं है, पिंड च कोई स्कूल नहीं है, जिहदे करके पिंड दे लोगों नूं पिंड तो दूर जाना पै रहा है। पिंड दे विच इक छोटा जिहा जंजघर है जिथे एक जिम दा समान पिया पर सरपंच साहब जिम लोगों नूं फिट नहीं करके दे रहे। तो अज सीगे आपां पिंड तलवाड़ा जट्टां दे विच इत्थों दे पिंड बारे आपां जाणिया जाणियां लोगों दीआं समस्यावां। फिर मिलांगे इस तरह किसी दिन एक नवां पिंड दे विच। तद तक लई नमस्कार, सत श्री अकाल, धन्यवाद।